ਗੁੱਡ ਮਾਰਨਿੰਗ ਸਟੂਡੈਂਟਸ ਕਹਾਣੀ ਚੰਦੂਆ ਕਹਾਣੀਕਾਰ ਡਾਕਟਰ ਕਰਤਾਰ ਸਿੰਘ ਸੂਰੀ ਚੰਦੂਆ ਕਹਾਣੀ ਸਾਡੀ ਪੰਜਾਬੀ ਦੀ ਪਾਠ ਪੁਸਤਕ ਕਾਵਖਤਾ ਸੰਵੇਦਨਾ ਵਿੱਚ ਦਰਜ ਹੈ ਅਸੀਂ ਪਹਿਲੇ ਇਸ ਦੇ ਐਕਸਟ ਰਿਸਕਸ ਕਰ ਲਏ ਹਨ ਅੱਜ ਅਸੀਂ ਇਸ ਕਹਾਣੀ ਦੇ ਦੋ ਪ੍ਰਸ਼ਨ ਚੰਦੂਆ ਕਹਾਣੀ ਦਾ ਵਿਸ਼ਾ ਆਪਣੇ ਸ਼ਬਦਾਂ ਵਿੱਚ ਲਿਖੋ ਤੇ ਚੰਦੂਆ ਕਹਾਣੀ ਦਾ ਅੰਤ ਕਿਵੇਂ ਹੋ ਨਿਬੜਿਆ ਹੈ ਪਹਿਲਾ ਪ੍ਰਸ਼ਨ ਚੰਦੂਆ ਕਹਾਣੀ ਦਾ ਵਿਸ਼ਾ ਆਪਣੇ ਸ਼ਬਦਾਂ ਵਿੱਚ ਲਿਖੋ ਚੰਦੂਆ ਕਹਾਣੀ ਸਾਡੀ ਆਈਸੀਐਸਈ ਬੋਰਡ ਦੁਆਰਾ ਪ੍ਰਵਾਨਿਤ ਪੁਸਤਕ ਕਾਫ ਕਥਾ ਸਮੇਨਾਂ ਹਿੱਟ ਦਰਜ ਹੈ ਇਸ ਕਹਾਣੀ ਵਿੱਚ ਕਹਾਣੀਕਾਰ ਨੇ ਸਮਾਜ ਦੀ ਸੱਚਾਈ ਨੂੰ ਸਾਡੇ ਸਾਹਮਣੇ ਸਪਸ਼ਟ ਕੀਤਾ ਹੈ ਤੇ ਨਾਲ ਹੀ ਨਾਲ ਇਹ ਦੱਸਿਆ ਹੈ ਕਿ ਅੱਜ ਦਾ ਯੁੱਗ ਪਦਾਰਥਵਾਦੀ ਯੁੱਗ ਹੈ ਤੇ ਇਸ ਯੁੱਗ ਦੇ ਵਿੱਚ ਰਿਸ਼ਤੇਦਾਰੀਆਂ ਪੈਸੇ ਦੀ ਮੁਤਾਜ ਬਣ ਕੇ ਰਹਿ ਗਈਆਂ ਹਨ ਅੱਜਕਲ੍ਹ ਅਮੀਰ ਰਿਸ਼ਤੇਦਾਰ ਆਪਣੇ ਕਿਸੇ ਵੀ ਗਰੀਬ ਰਿਸ਼ਤੇਦਾਰ ਨਾਲ ਸਾਕੇਦਾਰੀ ਗੰਡਨ ਵਿੱਚ ਆਪਣੀ ਹੀਠੀ ਮਹਿਸੂਸ ਕਰਦਾ ਹੈ ਇਸ ਤੋਂ ਇਲਾਵਾ ਕਹਾਣੀਕਾਰਨੀ ਸਾਨੂੰ ਇਹ ਵੀ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਸਾਨੂੰ ਆਪਣੀ ਕਿਸੇ ਵੀ ਲੋੜ ਨੂੰ ਪੂਰਾ ਕਰਨ ਦੇ ਲਈ ਕਦੇ ਵੀ ਕਿਸੇ ਇਨਸਾਨ ਤੇ ਨਿਰਭਰ ਨਹੀਂ ਰਹਿਣਾ ਚਾਹੀਦਾ ਸਗੋ ਪਰਮਾਤਮਾ ਦੀ ਓਟ ਵਿੱਚ ਜਾਣਾ ਚਾਹੀਦਾ ਹੈ ਭਾਵ ਕਿ ਪਰਮਾਤਮਾ ਦਾ ਆਸਰਾ ਲੈਣਾ ਚਾਹੀਦਾ ਹੈ ਕਿਉਂਕਿ ਪਰਮਾਤਮਾ ਸ਼ਰਧਾ ਭਾਵਨਾ ਦਾ ਭੁੱਖਾ ਹੁੰਦਾ ਹੈ ਨਾ ਕਿ ਪੈਸਿਆਂ ਦਾ ਹੁਣ ਬੱਚੇ ਅਸੀਂ ਅਗਲਾ ਪ੍ਰਸ਼ਨ ਚੰਦੂਆ ਕਹਾਣੀ ਦਾ ਅੰਤ ਕਿਵੇਂ ਹੋ ਨਿਬੜਿਆ ਹੈ ਡਿਸਕਸ ਕਰਾਂਗੇ ਚੰਦੂਆ ਕਹਾਣੀ ਦਾ ਅੰਤ ਬੜਾ ਹੀ ਸਿੱਖਿਆਦਾਇਕ ਹੋ ਨਿਬੜਿਆ ਹੈ ਚੰਦੂਆ ਕਹਾਣੀ ਦਾ ਅੰਤ ਕਿਵੇਂ ਹੋ ਨਿਬੜਿਆ ਹੈ ਚੰਦੂਆ ਕਹਾਣੀ ਦਾ ਅੰਤ ਬੜਾ ਹੀ ਸਿੱਖਿਆਦਾਇਕ ਹੋ ਨਿਬੜਿਆ ਹੈ ਕਹਾਣੀ ਦੇ ਅੰਤ ਵਿੱਚ ਅਸੀਂ ਪੜ੍ਹਦੇ ਹਾਂ ਕਿ ਜਦੋਂ ਜੀਉਨ ਸਿੰਘ ਆਪਣੇ ਪਰਿਵਾਰ ਸਮੇਤ ਸੁੱਚੇ ਨੂੰ ਗੁਰੂ ਬਾਬੇ ਦੇ ਦਰਸ਼ਨ ਕਰਨ ਜਾਂਦਾ ਹੈ ਅਤੇ ਮੱਥਾ ਟੇਕ ਕੇ ਤੇ ਕੀਰਤਨ ਸੁਣ ਕੇ ਜਦੋਂ ਵਾਪਸ ਮਾਮੇ ਦੇ ਰਾਜ ਭਵਨ ਵਿੱਚ ਪਹੁੰਚਦਾ ਹੈ ਤਾਂ ਜੂਨ ਸਿੰਘ ਤੇ ਉਸਦੇ ਪਤਨੀ ਮਾਮੇ ਦੀਆਂ ਸਾਰੀਆਂ ਗੱਲਾਂ ਅਪਰਤਖ ਰੂਪ ਵਿੱਚ ਸੁਣ ਲੈਂਦੇ ਆ ਉਹ ਉਹਨਾਂ ਨੂੰ ਕਈ ਤਰ੍ਹਾਂ ਦੇ ਭੈੜੇ ਸ਼ਬਦ ਜਿਵੇਂ ਚੰਗੜਾ ਦੀ ਟੋਲੀ ਭੈੜੇ ਕਿਚਰ ਆਦਿ ਸ਼ਬਦਾਂ ਨਾਲ ਸੰਬੋਧਨ ਕਰਦੇ ਹਨ ਇਥੋਂ ਤੱਕ ਕਿ ਉਹਨਾਂ ਦੀ मामੀ ਉਹਨਾਂ ਨੂੰ ਇਹ ਵੀ ਕਹਿੰਦੀ ਹੈ ਕਿ ਜਦੋਂ ਉਹ ਵਾਪਸ ਆਉਣਗੇ ਤਾਂ ਉਹ ਦੋ ਚਾਰ ਮੰਨੀਆਂ ਖਵਾ ਕੇ ਉਹਨਾਂ ਨੂੰ ਦਫਾ ਕਰ ਦੇਵੇਗੀ ਜੇ ਫੇਰ ਵੀ ਮਗਰੋਂ ਨਾ ਲੱਥੇ ਤਾਂ ਉਹ ਉਹਨਾਂ ਨੂੰ ਸਰਵੈਂਟ ਕੁਆਟਰ ਵਿੱਚ ਭੇਜ ਦੇਵੇਗੀ ਇਹ ਗੱਲਾਂ ਸੁਣ ਕੇ ਦੋਵੇਂ ਪਤੀ ਪਤਨੀ ਦੇ ਪੈਰ ਜ਼ਮੀਨ ਨਾਲ ਹੀ ਸਿਉਤੇ ਜਾਂਦੇ ਹਨ ਤੇ ਨਾਲ ਹੀ ਨਾਲ ਉਹਨਾਂ ਦੀ ਨਜ਼ਰ ਆਪਣੀ ਟਰੰਕੀ ਤੇ ਬਾਕੀ ਸਮਾਨ ਤੇ ਜਾਂਦੇ ਹੈ ਜੋ ਕਿ ਕੋਠੀ ਤੋਂ ਬਾਹਰ ਬਾੜ ਦੇ ਕੋਲ ਪਏ ਹੁੰਦੇ ਹਨ ਉਹ ਦੋਵੇਂ ਪਤੀ ਪਤਨੀ ਇੱਕ ਦੂਜੇ ਨੂੰ ਸੁਵਾਲੀਆਂ ਜਿਹੀਆਂ ਨਜ਼ਰਾਂ ਨਾਲ ਦੇਖਦੇ ਹਨ ਤੇ ਨਾਲ ਹੀ ਉਹ ਆਪਣੇ ਪੈਰ ਪਿਛਾਂ ਮੋੜ ਲੈਂਦੇ ਹਨ ਫਿਰ 인ਦਰਪੁਰ ਜੀਉਨ ਸਿੰਘ ਨੂੰ ਕੀ ਪੁੱਛਦੀ ਹੈ ਕਿ ਚੰਦੋਏ ਦਾ ਕੀ ਬਣੇਗਾ ਤਾਂ ਜਿਉਨ ਸਿੰਘ ਆਪਣੀ ਪਤਨੀ ਨੂੰ ਸਮਝਾਉਂਦਿਆ ਕਹਿੰਦਾ ਹੈ ਕਿ ਗੁਰੂ ਬਾਬਾ ਸਾਰੇ ਲੋਕਾਂ ਪਾਸੋਂ ਪੁੱਤਰਾਂ ਦੇ ਬਦਲੇ ਚੰਦੋਏ ਨਹੀਂ ਮੰਗਦਾ ਉਹ ਤਾਂ ਸਿਰਫ ਸੱਚੀ ਸ਼ਰਦਾ ਤੇ ਭਗਤੀ ਦੀ ਆਸ ਕਰਦਾ ਹੈ ਤੇ ਇਹ ਕਹਿੰਦੇ ਹੋਏ ਇਹ ਲਾਮ ਡੋਰੀ ਹਨੇਰੇ ਨੂੰ چیرਦੀ ਹੋਈ ਕੋਠੀ ਤੋਂ ਬਾਹਰ ਨਿਕਲ ਆਉਂਦੀ ਹੈ ਹੁਣ ਬੇਟੇ ਤੁਸੀਂ ਇਹ ਦੋਨੋਂ ਪ੍ਰਸ਼ਨ ਹਿੰਸੀ ਮਦਦ ਦੇ ਨਾਲ ਆਪਣੀਆਂ ਕਾਪੀਆਂ ਤੇ ਨੋਟ ਕਰਨੇ ਹਨ ਠੀਕ ਹੈ ਬੇਟਾ ਧੰਨਵਾਦ